ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਾਰੇ ਸੰਸਾਰ ਦੀਆਂ ਸਿੱਖ ਸੰਗਤਾਂ ਨੂੰ ਦਾਸ ਦੁਆਰਾ ਫਿਰ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਅਗਵਾਨ ਵਿਖੇ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ, ਇਹਨਾਂ ਮਹਾਨ ਸਪੂਤਾਂ ਦੀ ਯਾਦ ਵਿੱਚ ਉਹਨਾਂ ਦੀ ਬਰਸੀ 'ਤੇ ਸਿੱਖ ਕੌਮ ਦਾ ਮਹਾਨ ਇਕੱਠ ਹੋਇਆ, ਜਿੱਥੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਅਤੇ ਹੋਰ ਪੰਥ ਦੀਆਂ ਮਾਇਨਾਜ ਹਸਤੀਆਂ ਜਿਨ੍ਹਾਂ ਨੇ ਇੱਥੇ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਆਪ ਸਭ ਸੰਗਤਾਂ ਭਲੀ ਭਾਂਤ ਜਾਣਦੇ ਹੋ ਕਿ ਜਿਹੜੀ ਸੈਂਟਰ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੂਨ 1984 ਵਿੱਚ ਤੋਪਾਂ ਅਤੇ ਟੈਂਕਾਂ ਦੇ ਨਾਲ ਹਮਲਾ ਕਰਕੇ ਵੱਜਰ ਪਾਪ ਕੀਤਾ ਸੀ, ਉਸਦਾ ਫਲ ਭੁਗਤਾਉਂਦਿਆਂ ਹੋਇਆਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਇਹਨਾਂ ਮਹਾਨ ਸਪੂਤਾਂ ਨੇ ਗੱਡੀ ਚੜ੍ਹਾਇਆ ਸੀ। ਸਾਧ ਸੰਗਤ ਜੀ, ਜਿੱਥੇ ਦੁਨੀਆ ਦੇ ਵਿੱਚ ਵੱਸਦੇ ਹੋਏ ਸਿੱਖ ਇੱਕ ਨਮੋਸ਼ੀ ਦੇ ਆਲਮ ਵਿੱਚ ਗੁਜ਼ਰ ਰਹੇ ਸਨ ਕਿ ਸਿੱਖਾਂ ਨਾਲ ਏਡੀ ਬੇਇਨਸਾਫੀ ਹੋਈ, ਕੋਈ ਗੁਰੂ ਕਾ ਪੁੱਤਰ ਉੱਠੇਗਾ ਜਿਹੜਾ ਇਸਦਾ ਬਦਲਾ ਲਏਗਾ? ਸਾਧ ਸੰਗਤ ਜੀ, ਜਦੋਂ ਗੁਰੂ ਕੇ ਸਿੱਖਾਂ ਨੇ 31 ਅਕਤੂਬਰ ਨੂੰ ਉਸਦੇ ਹੀ ਨਿਵਾਸ ਵਿੱਚ ਬਹੁਤ ਵੱਡੀ ਸਿਕਿਉਰਿਟੀ ਦੇ ਅੰਦਰ ਹੀ ਇਹਨਾਂ ਮਹਾਨ ਸਪੂਤਾਂ ਨੇ ਕਲਗੀਧਰ ਪਾਤਸ਼ਾਹ ਦੇ ਥਾਪੜੇ ਅਨੁਸਾਰ ਉੱਥੇ ਹੀ ਸੋਧ ਦਿੱਤਾ ਸੀ ਅਤੇ ਦੁਨੀਆ ਵਿੱਚ ਵੱਸਦੇ ਸਿੱਖਾਂ ਨੇ ਫਖਰ ਮਹਿਸੂਸ ਕੀਤਾ ਸੀ। ਅੱਜ ਉਹਨਾਂ ਦੀ ਯਾਦ ਵਿੱਚ ਨਗਰ ਅਗਵਾਨ ਵਿਖੇ ਜਿਹੜਾ ਭਾਈ ਸਤਵੰਤ ਸਿੰਘ ਜੀ ਦਾ ਨਗਰ ਹੈ, ਸੋ ਉੱਥੇ ਉਹਨਾਂ ਦੀ ਮਹਾਨ ਸ਼ਹੀਦੀ ਯਾਦਗਾਰ ਸਥਾਪਿਤ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਜਿੰਨੀਆਂ ਸੰਪਰਦਾਵਾਂ, ਜਿੰਨੀਆਂ ਨਗਰ ਪੰਚਾਇਤਾਂ, ਸਿੰਘ ਸਭਾਵਾਂ ਇੰਡੀਵਿਜੁਅਲ ਤੌਰ 'ਤੇ ਗੁਰੂ ਕੇ ਸਿੱਖ ਆਪੋ ਆਪਣੇ ਢੰਗ ਦੇ ਨਾਲ ਸੇਵਾ ਕਰ ਰਹੇ ਨੇ। ਸੋ ਦਾਸ ਸਮੂਹ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰੇਗਾ ਕਿ ਇਹ ਸਾਧ ਸੰਗਤ ਜੀ ਸਮੁੱਚੀ ਸੰਗਤ ਦੇ ਤਿਲ ਫੁੱਲ ਦੇ ਨਾਲ ਹੀ ਏਡੀਆਂ ਵੱਡੀਆਂ ਸੇਵਾਵਾਂ ਹੋਈਆਂ ਕਰਦੀਆਂ ਹਨ। ਜਿੰਨੀ ਇਹ ਵਧੀਆ ਸੰਸਥਾ ਬਣੇਗੀ, ਦੁਨੀਆ ਦੇ ਵਿੱਚ ਚਮਕੇਗੀ, ਉਨਾ ਹੀ ਇਹਨਾਂ ਸ਼ਹੀਦਾਂ ਦਾ ਨਾਮ ਚਮਕੇਗਾ ਅਤੇ ਸਿੱਖਾਂ ਦੇ ਉੱਪਰ ਹਮਲੇ ਕਰਨ ਵਾਲੀਆਂ ਹਕੂਮਤਾਂ ਦੇ ਛਾਤੀ ਦੇ ਵਿੱਚ ਕਿੱਲ ਠੁਕੇਗਾ ਕਿ ਇਹ ਉਹ ਕੌਮ ਹੈ ਜਿਹਨੂੰ ਅਸੀਂ ਖਤਮ ਕਰਨਾ ਚਾਹੁੰਦੇ ਸਾਂ ਅਤੇ ਉਹਨਾਂ ਦੇ ਸ਼ਹੀਦਾਂ 'ਤੇ ਏਡੇ ਵੱਡੇ ਜੋੜ ਮੇਲੇ ਲੱਗਦੇ ਅਤੇ ਏਡੀਆਂ ਸ਼ਹਾਦਤਾਂ ਹੁੰਦੀਆਂ। ਸਾਨੂੰ ਇੱਕਮੁੱਠ ਹੋ ਕੇ ਸਮੁੱਚੀ ਸਿੱਖ ਸੰਗਤ ਨੂੰ ਵੱਧ ਚੜ੍ਹ ਕੇ ਇਸ ਮਹਾਨ ਸ਼ਹੀਦੀ ਸਮਾਰਕ ਦੇ ਵਿੱਚ ਵੱਡੀ ਪੱਧਰ 'ਤੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਬਹੁਤ ਸਾਰੀਆਂ ਸਿੱਖ ਸੰਗਤਾਂ ਪਾ ਰਹੀਆਂ ਜਿਨ੍ਹਾਂ ਨੇ ਹੁਣ ਤੱਕ ਪਾਇਆ, ਦਾਸ ਤਹਿ ਦਿਲੋਂ ਉਹਨਾਂ ਦਾ ਬਹੁਤ ਬਹੁਤ ਰਿਣੀ ਹੈ, ਧੰਨਵਾਦ ਕਰਦਾ ਹੈ। ਇਹ ਸਾਡਾ ਕਰਮ ਧਰਮ ਅਤੇ ਫਰਜ਼ ਬਣਦਾ ਹੈ, ਇਕੱਠੇ ਹੋ ਕੇ ਅਸੀਂ ਇਸ ਸਮਾਰਕ ਦੇ ਵਿੱਚ ਹਿੱਸਾ ਪਾਈਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।